ਕੀ ਕਰਦਾ ਪਿਆ? ਚੰਗੀ ਗੱਲ ਹੈ। ਕੌਣ ਕੀ ਕੌਣ ਕੀ ਕਰਦਾ ਹੈ? ਇੱਥੇ ਰੁਕ ਜਾ, ਰੌਲਾ ਪੈ ਜਾਊਗਾ, ਗਲਤ ਹੋ ਜੂ ਕੰਮ। ਇੱਥੇ ਰੁਕ ਜਾ। ਕਮਾਲ ਹੋ ਗਈ ਯਾਰ, ਕੀਤਾ ਹੀ ਨਹੀਂ ਸੀ ਕੁਛ। ਕਿਉਂ ਲੈ, ਇਹਨਾਂ ਤੋਂ ਕੁਛ ਕਰਤਾ ਤੂੰ? ਚੰਡੀਗੜ੍ਹ ਰਹਿੰਦੀ ਸੀ ਬਾਈ ਜੀ, ਇੰਨੀ ਸੋਹਣੀ ਸੀ ਮੈਂ, ਕਹਿੰਦੀ ਗਵਾਉਂਦੀ ਸੀ ਮੈਂ, ਬਹੁਤ ਸੋਹਣੀ ਸੀ, ਮੈਨੂੰ ਚਿੱਟੇ ਨੇ ਬਰਬਾਦ ਕਰਤਾ। ਤੂੰ ਵੀ ਚੱਲ ਨਾਲ, ਤੇਰਾ ਮੈਂ ਪੈਸੇ ਬਣਾਉਣੇ ਆ। ਮੇਰੀ ਗੱਲ ਸੁਣ ਲਾ, ਤੈਨੂੰ ਪੈਸੇ ਬਣੇ ਬਣਾਏ ਮਿਲ ਜਾਣਗੇ, ਤੈਨੂੰ ਚਿੱਟਾ ਵੀ ਲਵਾਉਂਗਾ, ਸਾਰਾ ਕੁਛ ਲਵਾਉਂਗਾ। ਉਹ ਕਹਿੰਦੇ ਹੁੰਦੇ ਲਵਾਉਣ ਦਾ ਕੋਈ ਨਹੀਂ। ਤੇ ਨਹੀਂ ਫਿਰ ਮੇਰੀ ਗੱਲ ਸੁਣ, ਇਹੀ ਕੰਮ ਚੱਲੀ ਜਾਊਗਾ ਇੱਥੇ? ਆ ਬਣਾਏ ਆ ਅੱਡੇ, ਇਹਨਾਂ ਨੇ ਅੱਡੇ ਬਣੇ ਆ, ਇਹਨਾਂ ਦੇ ਥਾਂ ਥਾਂ 'ਤੇ ਅੱਡੇ ਬਣੇ ਆ ਇਹਨਾਂ ਦੇ। ਬਾਪੂ ਕੀ ਕਰਦਾ? ਕੀ ਕਰਦਾ ਪਿਆ? ਚੰਗੀ ਗੱਲ ਹੈ ਹੈਂ? ਵਾਹਿਗੁਰੂ ਜੀ ਕਾ ਖਾਲਸਾ ਤੇ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਬਾਪੂ ਗੱਲ ਸੁਣ ਲਾ, ਹੁਣ ਆਹ ਗਲਤ ਕੰਮ ਹੈ ਤੇਰੇ ਲਈ। ਕੀ ਕਰਦਾ ਪਿਆ ਹੈ ਹੈਂ? ਕਿਉਂ, ਇਹ ਕੀ ਚੱਕਰ ਹੈ? ਕੌਣ ਕੀ ਕੌਣ ਕੀ ਕਰਦਾ ਹੈ? ਇੱਥੇ ਰੁਕ ਜਾ, ਰੌਲਾ ਪੈ ਜਾਊਗਾ, ਗਲਤ ਹੋ ਜੂ ਕੰਮ। ਇੱਥੇ ਰੁਕ ਜਾ, ਗਲਤ ਕੰਮ ਨਹੀਂ ਕਰਨ ਦੇਣਾ ਅਸੀਂ। ਬਹੁ ਆਈ ਯਾਰ, ਤੁਸੀਂ ਯਾਰ ਚੰਗੇ ਭਲੇ ਬੰਦੇ ਹੋ ਯਾਰ, ਕੀ ਕੰਮ ਦਾ ਪਾਇਆ ਇਹ? ਮੈਂ ਤਾਂ ਅੱਜ ਲੰਘਿਆ ਰਹੇ ਸੀ, ਰੁਕ ਗਿਆ। ਆ ਵੀਡੀਓ ਬਣਾਈ ਮਾੜੀ ਜੀ। ਕਿੱਥੋਂ ਆ ਬਾਈ? ਉਹ ਵੀਡੀਓ ਬਣੀ ਜਾਂਦੀ ਹੈ, ਵੀਡੀਓ ਬਣੀ ਜਾਂਦੀ, ਸਿੱਧਾ ਰੱਖ ਹੁਣ। ਕਿਹੜਾ ਪਿੰਡ ਹੈ ਤੇਰਾ? ਕਿਹੜਾ ਪਿੰਡ ਹੈ? ਇਹ ਆ ਕੁੜੀ ਹੈ, ਤੇਰਾ ਪਿੰਡ ਕਿਹੜਾ ਹੈ? ਕੀ ਇਹ ਕੀ ਕਰਦੇ ਪਏ ਹੋ? ਮੈਂ ਤਾਂ ਹੁਣੇ ਆ ਕੇ ਖੜੀ ਸੀ। ਕੀ ਕਰਦੇ ਪਏ ਬਾਪੂ? ਤੂੰ ਸਿਆਣਾ ਪੈਣਾ ਬੰਦਾ। ਮੈਂ ਤਾਂ ਆਪ ਜਾਂਦਾ ਇੱਥੇ ਰੁਕਿਆ ਬਸ। ਮੈਨੂੰ ਇੱਕ ਗੱਲ ਦਾ ਜਵਾਬ ਦੇ ਦੇ, ਆਹ ਕੁੜੀ ਦੀ ਉਮਰ ਕਿੰਨੀ ਹੈ? ਮੈਨੂੰ ਕੀ ਪਤਾ ਕਿੰਨੀ ਹੋਣੀ। ਨਹੀਂ, ਤੈਨੂੰ ਇਹ ਚੰਗਾ ਸ਼ੋਭਾ ਦਿੰਦਾ? ਇਹ ਤੂੰ ਇੱਥੇ ਕੀ ਕਰਦੀ ਹੈ ਕੁੜੀਏ? ਨਹੀਂ, ਤੈਨੂੰ ਇਹ ਇਹ ਕਿੱਥੋਂ ਲਿਆ ਇਹ? ਮੈਂ ਤਾਂ ਆਈ ਹਾਂ। ਇਹ ਤਾਂ ਕੀ ਆ ਪਾਈਆਂ? ਆ ਪਾਈਆਂ ਤੂੰ? ਹੋਰ ਤੇ ਤੂੰ ਬਾਬੂ? ਮੈਂ ਤਾਂ ਅੱਗੇ ਜਾਂਦਾ ਸੀ। ਇਹ ਤੈਨੂੰ ਲੈ ਕੇ ਗਿਆ, ਤੂੰ ਇਹਨੂੰ ਲੈ ਕੇ ਆਇਆ? ਮੈਂ ਤਾਂ ਅੱਗੇ ਜਾਂਦਾ ਸੀ, ਮੈਨੂੰ ਆ ਜਾਂਦਾ ਸੀ, ਮੈਨੂੰ ਹੱਥ ਮਾਰਿਆ। ਹਾਂ, ਇਹ ਤੁਸੀਂ ਕਰੀ ਕੀ ਜਾਣੇ ਹੋ? ਇਹ ਕੁਛ ਨਹੀਂ ਕੀਤਾ ਜੀ। ਕਮਾਲ ਹੋ ਗਈ ਯਾਰ, ਹਲੇ ਤਾਂ ਕੀਤਾ ਹੀ ਨਹੀਂ ਸੀ ਕੁਛ। ਕਿਉਂ ਲੈ, ਇਹਨਾਂ ਤੋਂ ਕੁਛ ਕਰਤਾ ਤੂੰ? ਜਾਂਮਾ ਤਾਂ ਚੜਾਈ ਇਹਨੇ ਲਾਇਆ ਹੀ ਸੀ ਕਰਕੇ ਤੇ ਬਸ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਇਹ ਬਠਿੰਡਾ ਰੋਡ ਹੈ, ਸ਼ਹਿਰ ਮਲੋਟ ਹੈ। ਆ ਬਜ਼ੁਰਗ, ਇਹਦੇ ਸਾਡੇ ਬਜ਼ੁਰਗ ਦੇ ਪੱਗ ਬੰਨੀ ਹੈ, ਦਾੜੀ ਇਹਦੀ ਚਿੱਟੀ ਹੈ। ਇਹ ਤੁਸੀਂ ਵੀ ਆ ਜਾ ਬਾਈ, ਤੂੰ ਵੀ ਆ ਜਾ, ਕੋਈ ਗੱਲ ਨਹੀਂ, ਆ ਜਾ ਆ ਜਾ ਆ ਜਾ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਆ ਜਾ ਆ ਜਾ ਆ ਜਾ, ਕੋਈ ਗੱਲ ਨਹੀਂ, ਕੋਈ ਆ ਜਾ ਆ ਜਾ ਆ ਜਾ, ਕੋਈ ਗੱਲ ਨਹੀਂ, ਕੋਈ ਨਹੀਂ, ਆ ਜਾ ਆ ਜਾ ਆ ਜਾ ਆ ਜਾ। ਓ ਬਾਈ ਹਲੋ, ਰੁਕ ਜਾ ਤੇ, ਆ ਜਾ ਕੁੜੀ, ਆ ਜਾ ਬਾਹਰ, ਆ ਜਾ ਆ ਜਾ ਆ ਜਾ ਬਾਹਰ, ਆ ਜਾ, ਕੋਈ ਗੱਲ ਨਹੀਂ, ਬੇਫਿਕਰ ਹੋ ਜਾ, ਘਬਰਾਓ ਨਾ, ਤੁਹਾਡੇ ਵਾਸਤੇ। ਮਾਰਨ ਕੁੱਟਣ ਨੀ ਆਏ, ਕੋਈ ਤੁਹਾਡੇ ਜਬਰਦਸਤੀ ਨੀ, ਕੋਈ ਤੁਹਾਡੇ ਜੋਸ਼ ਨੀ, ਕੋਈ ਤੁਹਾਡੇ ਦਾ ਉਹ ਨੀ।
ਆਇਆ ਕੁੜੀ ਆਇਆ ਡਰਨਾ ਘਬਰਾਣਾ ਆ ਜਾ ਕੋਈ ਗੱਲ ਨਹੀਂ ਕੰਮ ਹੋ ਜਾਂਦੇ ਬੇਫਿਕਰ ਹੋ ਜਾਓ ਸਭ ਕੁਝ ਸਹੀ ਹੋ ਜਾਊਗਾ ਆ ਜਾ ਕੁੜੀ ਆ ਜਾ ਕੋਈ ਗੱਲ मेरी गल सुनो ध्यान दो सौ रुपया नशा की करता कुछ भी नहीं करता किन्ने बचे वे गुड़ी दो गुड़िया एक हाँ हूँ मैं ए दसो भाई जेड़ा काम आ कुड़ी उत्थे करदी पई सी ठीक है हाँ ये तू जानदे नू कुड़ी ने सारी गल सची दसी पैसे दी लोड है ठीक है काम दी लोड है काम वटे काम मिलूगा पैसे वटे पैसे मिलेंगे काम दी बजाय सारा कुछ मिलूगा घरे राशन पानी पहुंचूगा पर अज तो बाद जेड़ा ये धंधा इतने चलता पे ये नहीं चलेगा जे कोई होर कर दी गुबड़ी जा कोई होर करता पे मैं ओदी जानकारी भी दे दो मैं उत्थे जाके भी पहुंच जाना कल आन गया मंगल चक मां चक चल चल पहुंच रामड़ी शाम दा साधन की करेंगे फिर नहीं हुण तुसी फिर हुण कमाई करनी इत्थे बैठ के बेटा फिर करनी तो पैनी पुत आज का तो सानू करना ही पैना आज का तो पुत कल नु नहीं आंदे फिर नहीं चलो तुसी एक मिनट दो सौ रुपया तू वटे दो सौ तू वटे कुछ नहीं वटे है संगत जी जेड़े इत्थे बैठे है आ दो सौ रुपया कुड़ी ने वट लिया दो सौ उन्हें वट लिया ठीक है इन्हां को इन्होंने कुछ नहीं वटिया कल तो इत्थे जा किते भी ये जो धंधा मिल गया करदे कोई भी बंदा शहर दे विच इत्थे लब गया तो असी छड्डना नहीं हुण दिखाता तुहानूं मौके ते सारी गलबात दिखाती है आ चक पांच सौ रुपया खड़ा हो आ जा माता तू भी आ जा खड़ी हो जा हुण खड़ी हो के गल सुन लो बस दे ही जांदा हुण तू जा तेरे सामान जो के पूरा हो ला ले इत्थे आ जा आ 500 रुपया जे दा घर दा राशन लेके आना है फिर तो ले लो जे चिट्टा पीना है तो फिर मैनूं ओह भी तुसीं दस्स दिओ साढ़े कोल तां पोस्ट पैसा पोस्ट करने ठीक है आ चुको 500 वाला पैसा आ 500 रुपया इन्हां नूं देता है इन्हां ने कोई बौणी वट्टा नहीं होया तो इन्हां नूं 500 दे के इत्थे तोरदा पिया ये दाणा मंडी जाके बैठ जाणगे तो इन्हां दा पिछे मैं दाणा मंडी करूँगा इन्हां नूं जिहड़ा दूजी गल तेरे काम कर दी तेनू कल काम काम जेड़ी जेड़ी तेरी काम है ना काम काम करेगा कि नहीं करेगा जे मैनू भाई इत्थे लभ गए ना दोबारा तो भैया का साफ ला लो ठीक है आ चक 500 रुपया 500 रुपया ना की करूंगी आज का करूंगी सवेर दा इनू काम लवाऊंगा मैं ये काम नहीं कर मैं काम नहीं तो फिर धंधा यही करना फिर मैं की करा दस इन्हों मैं काम मतलब उतो दौरा पैट होगा भी हाँ भी माता झूठ बोलती है ठीक है ना भी मैं खुद ही घर छड़ी जानी हौली हौली करके मैं आप ही छड़ी जानी है ये पोस्ट है ये कोलो मिलिया ले
ਅੱਛਾ ਵੀ ਹੁਣ ਤੂੰ ਕੰਮ ਨਹੀਂ ਛੱਡਣਾ, ਕੰਮ ਤੁਸੀਂ ਕਰਨਾ ਹੀ ਕਰਨਾ ਹੈ। ਨਹੀਂ ਨਹੀਂ ਕੰਮ ਤਾਂ ਕੌਣ ਕਰਨਾ ਜੇ ਤੁਹਾਡੀ ਗੱਲ ਸਮਝੀ ਨਹੀਂ। ਕੰਮ ਤੁਸੀਂ ਕਰਨਾ ਹੀ ਕਰਨਾ ਹੈ ਤੇ ਪੋਸਟ ਸਾਡੇ ਤੋਂ ਛੜਿੰਦਾ ਨਹੀਂ। ਪਹਿਲਾਂ ਤੈਨੂੰ ਨਸ਼ਾ ਛੱਡ। ਅਗਲੇ ਕਹਿੰਦਾ ਮਤਲਬ ਵੀ ਕਹਿੰਦਾ ਵੀ ਗਲਤ ਕੰਮ ਤੇ ਬੰਦ ਕਰੋ ਵੀ ਕਹਿੰਦਾ ਨਾ ਵੀ ਹੋਰ ਕੰਮ ਵੀ ਲਵਾਈ ਜਾਂਦਾ ਅਗਲਾ ਹੋਰ। ਮੈਂ ਤੁਹਾਡੀ ਕੰਮ ਲਵਾਉਣ ਦੀ ਜ਼ਿੰਮੇਵਾਰੀ ਸਾਰੀ ਚੁੱਕਦਾ ਹੈ। ਹੁਣੇ ਚੁਕਾ ਦੇਣਾ, ਹੁਣੇ ਚੁਕਾ ਦੇ ਦੇਣਾ। ਮੇਰੀ ਗੱਲ ਸੁਣ ਲਓ ਧਿਆਨ ਨਾਲ ਇੱਕ ਮਿੰਟ। ਮੈਂ ਤੁਹਾਡੇ ਕੰਮ ਲਵਾਉਣ ਦੀ ਜ਼ਿੰਮੇਵਾਰੀ, ਨਸ਼ਾ ਛਡਾਉਣ ਦੀ ਜ਼ਿੰਮੇਵਾਰੀ ਸਾਰੀ ਚੁੱਕਦਾ ਹੈ। ਮਨਜ਼ੂਰ ਹੈ? ₹500 मिल गया। चिट्टे ने बर्बाद करता किसी मुंडे ना मेरी यारी पई चंडीगढ़ ओथे मैं जिरकपुर रहिंदी हुंदी सी ते ओथे मेरे नाल कुड़ियां भी पीजी च रहिंदियां सी ओह भी चिट्टा लाउंदियां सी बस ओथे ही लग। मेरी गल सुनो ए मंगल, नशा तेरी माता दा छड़ा दिंदे आ चुको सारा समान चुको चलो पहुंचो दाना मंडी पहुंचो मैं मगर आ गया खड़ी हो कुड़िया तू तू तेरी दिहाड़ी होगी ना बिना तेरा डक्का तोड़े तेन दिहाड़ी मिलगी ना ₹500 ए पाला मैं ₹500 पोता तू दस फिर तू हूं चाहनी की है मेरे को काम नहीं होना ठीक है मैं तेन सच दस जानी मैं काम नहीं कर बाला कर दे कमरा अस्पताल बनया मेरी गल सुन ला तेनू पैसे बने बने मिल जाएंगे तेनू चिट्टा भी लवाऊंगा सारा कुछ लवाऊंगा ते नहीं फिर मेरी गल सुन यही काम चली जाऊगा इत्थे तेरा जदों तेरे 200 रुपया तेरे कोले आ गया 200 दा समान थोड़ा ना हुंदा ओ तू चल तां सही तेनू अगे समान पूरा करके दिना मैं तेरा तेनू सेंटर चकाना मैं तेरा इलाज करा के दिना ओ इत्थे सड़क ते पई आ की करेगी नहीं तेरे शर्म नहीं आंदी चल चल ओए मंगल चलो कुड़िया तू भी चल चको खोलो चले जाओ चलो रोड से चलो यार तुसी तो इत्थे आए खड़ गए नहीं चलते चलो चलो समान चको चको लिया हां चक तोड़ा तेरा सेंटर च तेन सेंटर च भेजूंगा चल तू भाई मेरी गल सुन ला सारा तेरा इलाज कराऊंगा तेरा टीके टूके सारे बंद कर टीका लिया कितो यार मेनू भी दवा पैसे चको आज ले लो पैसे चलो टीका भी ले आने चल के पा चलो चलो चल चल रोड चलो नंबर कितना होता नंबर दस यार रोड पे चलो बाबू चलो यार चलो यार अगला चल चलो सुन लो गल यार जरा कम प्यार है जल्दी चलो 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 यार चक चोला चलो किधर पे आप पे ले आओ चलो चक सुन चलो रोड पे चलो यार तुसी समझो यार मेरी गल मेरी बेइज्जती है अपनी धीआं भैणां मेरी गल सुनो अपनी मेरी बात सुन तो मेरे तो कितना तू होवेंगा मैं तेरे बच्चे वरगा मेरी गल सुन ला माता तू एक गलत काम बंद कर चार दिन होर आनी
ਫਿਰ ਉਹਨੂੰ ਕਿਵੇਂ ਪਤਾ ਲੱਗੂਗਾ ਬੱਬੂ ਨੂੰ ਵੀ ਨਾਦਾ ਨਾਲ ਮੰਡੀ ਚਲੇ ਗਏ ਚੱਲ ਆਓ ਕੋਈ ਨੀ ਫੋਨ ਕਰੂਗਾ ਚਲੋ ਆਇਓ ਤੁਹਾਡਾ ਜਿੰਨੇ ਤੱਕ ਧੰਦਾ ਬੰਦ ਨਹੀਂ ਹੁੰਦਾ ਤੁਸੀਂ ਚੰਗੇ ਸਹੀ ਰਾਹ ਤੇ ਪੈਂਦੀਆਂ ਨਹੀਂ ਤੁਹਾਨੂੰ ਕਾਰੋਬਾਰ ਨਹੀਂ ਮਿਲਦਾ ਸਾਰਾ ਸਾਰਾ ਜਗੜ ਕਰਾ ਕੇ ਦੂੰਗਾ ਪਰ ਇਹ ਕੰਮ ਬੰਦ ਕਰਨਾ ਇਹ ਕੰਮ ਕਰ ਦੇ ਮੇਰਾ ਕੰਮ ਕਰ ਦੇ ਅੱਜ ਤੈਨੂੰ 500 ਰੁਪਏ ਮਿਲ ਗਿਆ ਤੇ ਬਾਕੀ ਤੇਰਾ ਉੱਥੇ ਜਗੜ ਕਰ ਦੇਣਾ ਜਾ ਕੇ ਦਵਾਈ ਨਹੀਂ ਮਿਲ ਚਾਹੀਦੀ ਨਹੀਂ ਤੂੰ ਮੇਰੀ ਗੱਲ ਸੁਣ ਸਾਰਾ ਕੁਝ ਦਵਾਉਂਗਾ ਤੂੰ ਚੱਲ 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 500 ਰੁਪਏ ਦੇ ਦੀ 500 ਰੁਪਏ ਹੋਰ ਲੈ ਲੈ ਚੱਲ ਚੱਲ ਗੁੜੀਆ ਚੱਲ ਤੇਰੇ ਘਰੇ ਕੁਛ ਨਹੀਂ ਤੇਰਾ ਤੇਰਾ ਸਾਰਾ ਜਗੜ ਕਰਾਂ ਚੱਲ ਚੱਲ ਜੋ ਸੈਂਟਰ ਚਕਾਣਾ ਹੈ ਨਾ ਮੇਰੇ ਘਰ ਚੀਜ਼ ਲੈ ਕੇ ਸੈਂਟਰ ਚਕਾਣਾ ਹੈ ਫਿਰ ਮੇਰੇ ਦੋਵੇਂ ਬੱਚੇ ਚਕਾ ਦੇ ਚੱਲ ਚੱਲ ਦੋਨਾਂ ਨੂੰ ਚਕਾਉਂਗਾ ਠੀਕ ਹੈ ਮੈਨੂੰ ਵੀ ਚਕਾ ਦੇ ਅਗਲਾ ਪੈਸੇ ਲੈ ਕੇ ਜਾਂਦਾ ਪੈਸੇ ਲੈ ਕੇ ਜਾਂਦਾ ਤੇ ਨਾਲੇ ਚਲੋ 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 ਉਹ ਜਗ੍ਹਾ ਦਿਖਾ ਗਿਆ ਬਣਾਏ ਆ ਅੱਡੇ ਇਹਨਾਂ ਨੇ ਅੱਡੇ ਬਣੇ ਆ ਇਹਨਾਂ ਦੇ ਥਾਂ ਥਾਂ ਤੇ ਅੱਡੇ ਬਣੇ ਆ ਇਹਨਾਂ ਦੇ ਰਕਸ਼ੇ ਤੇ ਚੱਲ ਸੰਗਤ ਜੀ ਜਿਹੜਾ ਆ ਕੁੜੀ ਨੇ ਸਾਰਾ ਬਿਆਨ ਆਪਦੇ ਮੂੰਹ ਰਾਹੀਂ ਦਿੱਤਾ ਨਾਲ ਤੋਰੀ ਚੱਲ ਮੋਟਰਸਾਈਕਲ ਤੋਰੀ ਚੱਲ ਅਤੇ ਇਹ ਬਜ਼ੁਰਗ ਜਿਹੜਾ ਅੱਗੇ ਸਾਈਕਲ ਚਲਾਈ ਜਾਂਦਾ ਜਿਹੜੀ ਕੁੜੀ ਨੂੰ ਭਾ ਕੇ ਲੈ ਕੇ ਚੱਲੇ ਕੁੜੀ ਕਹਿੰਦੀ ਅੱਗੇ ਵੀ ਸਾਡਾ ਟਿਕਾਣਾ ਬਣਿਆ ਉੱਥੇ ਵੀ ਸਾਡੇ ਨਾਲ ਦੇ ਗਰੁੱਪ ਕੁੜੀਆਂ ਜਿਹੜੀਆਂ ਉੱਥੇ ਬੈਠੀਆਂ ਉੱਥੇ ਵੀ ਜਿਹੜਾ ਗਲਤ ਕੰਮ ਹੈ ਪੂਰਾ ਸ਼ਰਿਆਮ ਚੱਲਦਾ ਪਿਆ ਪੁਲਿਸ ਦੀ ਨਿਗਾਹ ਦੇ ਵਿੱਚ ਇਹ ਜਿਹੜਾ ਬਜ਼ੁਰਗ ਹੈ ਸਾਈਕਲ ਚਲਾਉਂਦਾ ਪਿਆ ਇਹਦੀ ਉਮਰ ਘੱਟੋ ਘੱਟ ਜ਼ਿਆਦਾ ਨਹੀਂ ਤਾਂ 60 ਸਾਲ ਦੀ ਲੱਗਦੀ ਹੈ ਮੈਨੂੰ ਅਤੇ ਜਿਹੜੀ ਆ ਕੁੜੀ ਮਗਰ ਬੈਠੀ ਆ ਇਹਦੀ ਉਮਰ ਮੈਨੂੰ ਜ਼ਿਆਦਾ ਨਹੀਂ ਤਾਂ 20 ਸਾਲ ਦੀ ਲੱਗਦੀ ਹੈ ਠੀਕ ਹੈ ਹੁਣ ਇਹਨਾਂ ਦਾ ਜ਼ਮੀਨ ਅਤੇ ਆਸਮਾਨ ਦਾ ਫਰਕ ਹੈ ਹੁਣ ਇਹ ਕੁੜੀ ਕਹਿੰਦੀ ਵੀ ਮੈਂ ਚਿੱਟਾ ਵੀ ਪੀਨੀ ਹਾਂ ਅਤੇ ਚਿੱਟਾ ਛੱਡਣਾ ਵੀ ਹੈ ਅਤੇ ਆਹ ਕੰਮ ਮੈਂ ਛੱਡ ਨਹੀਂ ਸਕਦੀ ਇਹਨਾਂ ਨਾਲ ਦੀਆਂ ਜਿਹੜੀਆਂ ਅੱਗੇ ਕੁੜੀਆਂ ਬੈਠੀਆਂ ਅੱਗੇ ਪਾਰਟਨਰ ਜਿਹੜੀਆਂ ਇਹਨਾਂ ਦੀ ਸਹੇਲੀਆਂ ਉਹ ਵੀ ਚਿੱਟਾ ਪੀਂਦੀਆਂ ਅਤੇ ਉਹ ਚਿੱਟਾ ਲੈਂਦੀਆਂ ਕਿੱਥੋਂ ਹੈ ਅਤੇ ਪੈਸੇ ਕਿਵੇਂ ਕਮਾਉਂਦੀਆਂ ਅੱਜ ਇਹਨਾਂ ਦਾ ਸਾਰਾ ਇਤਿਹਾਸ ਆਪਾਂ ਇਹਨਾਂ ਦੀ ਸਾਰੀ ਜਾਣਕਾਰੀ ਅੱਜ ਇੱਥੇ ਤੁਹਾਨੂੰ ਸੋਸ਼ਲ ਮੀਡੀਆ 'ਤੇ ਦਿਖਾਉਣੀ ਹੈ ਇਹ ਮਲੋੜ ਸ਼ਹਿਰ ਹੈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ ਆਹ ਵੇਖ ਲਓ ਜਿਹੜੀ ਕੁੜੀ ਬਜ਼ੁਰਗ ਨਾਲ ਬਜ਼ੁਰਗ ਕਰਾ ਰਿਹਾ ਸੀ ਜਾਂ ਕੁੜੀ ਕਰਾ ਰਹੀ ਸੀ ਕੁਛ ਵੀ ਕਰ ਰਹੇ ਸੀ ਰਾਜਾ ਬੰਦੇ ਨੂੰ ਅੱਜ ਉਹੀ ਸਾਈਕਲ 'ਤੇ ਮੈਂ ਪਿੱਛੇ ਭਾਤੇ ਹੈ ਅਤੇ ਮੈਂ ਇਹਨਾਂ ਨੂੰ ਅੱਗੇ ਲੈ ਕੇ ਚੱਲਦਾ ਉੱਥੇ ਬੰਦੀ ਕਾਰਵਾਈ ਜਿਹੜੀ ਹੋ ਗਈ ਨਾ ਆਪਾਂ ਕਰਾਂਗੇ ਅਤੇ ਪੁਲਿਸ ਨੂੰ ਜਾਣਕਾਰੀ ਹੈ ਜਾਂ ਨਹੀਂ ਹੈ ਇਸੇ ਰਾਹੀਂ ਪਤਾ ਲੱਗ ਜੂਗਾ ਸਾਰੀ ਗੱਲਬਾਤ ਦਾ
ਸਾਡੀਆਂ ਧੀਆਂ ਭੈਣਾਂ ਨਾਲ ਇਹੋ ਜਿਹਾ ਕੁਛ ਹੁੰਦਾ ਪਿਆ। ਚਿੱਟਾ ਪੀਂਦੀਆਂ ਕੁੜੀਆਂ ਵਿਚਾਰੀਆਂ, ਚਿੱਟੇ ਦੀ ਦਲਦਲ ਦੇ ਵਿੱਚ ਫਸੀਆਂ, ਪੈਸੇ ਦੇ ਲਾਲਚ 'ਚ ਦੇਖੋ ਕੀ ਕੁਛ ਕਰਦੀਆਂ ਪਈਆਂ। ਅੱਜ ਤੁਹਾਨੂੰ ਸਾਰਾ ਅਸਲੀਅਤ ਜਿਹੜੀ ਆ ਨਾ ਜਾਣਕਾਰੀ ਅੱਗੇ ਜਾ ਕੇ ਮੈਂ ਦਿੰਦਾ ਸਾਰੀ। ਇਹ ਕੁੜੀ ਦਾ ਜਿਹੜਾ ਨਾਮ ਨਿਸ਼ਾਨ ਵੀ ਦੱਸੂੰਗਾ, ਪਤਾ ਵੀ ਦੱਸੂੰਗਾ, ਪਿੰਡ ਦਾ ਨਾਂ ਵੀ ਦੱਸੂ, ਸਾਰੀ ਡਿਟੇਲ ਦਊਂਗਾ। ਮੈਂ ਕਰਦਾ ਗੱਲ ਅੱਜ ਇਹਨਾਂ ਨਾਲ, ਕਿਤੇ ਤਾਂ ਯਾਰ ਸਾਡੇ ਕੁੜੀਆਂ ਨੇ ਇੰਨਾ ਨਾਮ ਕਮਾਇਆ, ਪੰਜਾਬ ਦੀਆਂ ਨੇ ਇੰਨਾ ਉੱਚੇ ਪੱਧਰ 'ਤੇ ਕੀਤੀ ਜਾਣਕਾਰੀ ਜਿਹੜੀ ਹਾਸਲ ਲਿੱਤੀਆਂ, ਡਿਗਰੀਆਂ ਲਿੱਤੀਆਂ, ਕਿੱਥੇ ਇਹ ਕੁੜੀਆਂ ਚਿੱਟੇ ਦਲਦਲ ਦੇ ਵਿੱਚ ਫਸ ਕੇ ਅਤੇ ਕਿਹੜੇ ਕੰਮ ਕਰਦੀਆਂ ਪਈਆਂ। ਬਈ ਬਖਸ਼ਦਾ ਨਹੀਂ ਕਿਸੇ ਨੂੰ ਵੀ, ਪੌਦੜੇ ਫਰੋਲ ਦੂੰਗਾ ਇਕੱਲੇ ਇਕੱਲੇ। ਜਿਹੜਾ ਕੰਮ ਚੱਲਦਾ ਪਿਆ ਨਾ ਸ਼ਹਿਰ ਮਲੋੜ ਦੇ ਵਿੱਚ, ਇਹ ਬੰਦ ਕਰਾ ਦੂੰਗਾ ਮੈਂ ਸਾਰਾ, ਇਹਨਾਂ ਦੇ ਅੱਡੇ ਚੁਕਾ ਦੂੰਗਾ ਮੈਂ ਸਾਰੇ ਸ਼ਹਿਰ 'ਚ। ਅੱਗੇ ਜਾ ਕੇ ਕਰਦਾ ਗੱਲ ਇਹਨਾਂ ਨਾਲ, ਮੈਂ ਦੇਖਦੇ ਰਹੋ ਵੀਡੀਓ ਬਾਬਿਓ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਅਤੇ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ, ਸ਼ਹਿਰ ਮਲੋਟ, ਤੁਹਾਨੂੰ ਲਾਈਵ ਵੀਡੀਓ ਦੇ ਵਿੱਚ ਸਾਰਾ ਕੁਛ ਅਸੀਂ ਸੀਨ ਸਪਸ਼ਟ ਦਿਖਾਈ ਦਿੱਤੇ ਆ, ਜਿੱਥੇ ਅਸੀਂ ਪਹੁੰਚ ਕੇ ਇੱਕ ਲਾਈਵ ਟੈਲੀਕਾਸਟ ਕੀਤਾ, ਜਿੱਥੇ ਤੁਹਾਨੂੰ ਸਾਰੀ ਲੋਕੇਸ਼ਨ ਸਾਰਾ ਕੁਛ ਦਿਖਾਈ ਦਿੱਤਾ ਵੀ ਉੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਇਹਨਾਂ ਲੋਕਾਂ ਨੂੰ, ਇਹਨਾਂ ਭੈਣਾਂ ਨੂੰ, ਇਹਨਾਂ ਮਾਤਾਵਾਂ ਨੂੰ ਸਿਰਫ ਔਰ ਸਿਰਫ ਚਿੱਟੇ ਦੀ ਲੋੜ ਹੈ, ਚਿੱਟਾ ਅਤੇ ਟੀਕਾ। ਜਦੋਂ ਤੱਕ ਚਿੱਟਾ ਅਤੇ ਟੀਕਾ ਇਹਨਾਂ ਨੂੰ ਮਿਲਦਾ ਰਹੂਗਾ ਅਤੇ ਇਹ ਨਸ਼ੇ ਦੇ ਵਿੱਚ ਰਹਿਣਗੇ। ਇਹ ਨਸ਼ਾ ਚਿੱਟਾ ਅਤੇ ਟੀਕਾ ਤਾਂ ਲਾਉਂਦੇ ਆ ਵੀ ਇਹਨਾਂ ਨੂੰ ਜਿਹੜਾ ਇਹ ਕੰਮ ਕਰਨਾ ਪੈਂਦਾ, ਇਹ ਕੰਮ ਜਿਹੜਾ ਹੁਣ ਇਹ ਕਰਦੇ ਆ, ਜਿਹੜਾ ਇਹ ਧੰਦਾ ਇਹ ਕਰਦੀਆਂ ਪਈਆਂ, ਇਹ ਧੰਦੇ ਦੇ ਵਿੱਚ ਇਹਨਾਂ ਨੂੰ ਕਮਾਈ ਆ। ਇਹ ਕਮਾਈ ਕਰਕੇ ਚਿੱਟਾ ਅਤੇ ਟੀਕਾ ਜਿਹੜਾ ਇਹ ਆਪਦਾ ਯੂਜ਼ ਕਰਦੀਆਂ। ਲਾਈਵ ਟੈਲੀਕਾਸਟ ਤੁਹਾਨੂੰ ਸਾਰਾ ਵਿੱਚ ਦਿਖਾਈ ਦਿੱਤਾ, ਵਿੱਚ ਵੀਡੀਓ ਦੇ ਵਿੱਚ ਇੱਕ ਇੱਕ ਸ਼ਬਦ ਦਿਖਾਤੇ ਆ ਵੀ ਇਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ। ਮੇਰੀ SSP ਮੁਕਤਸਰ ਸਾਹਿਬ ਨੂੰ ਅਤੇ ਡਿਪਟੀ ਸਾਹਿਬ ਮਲੋਡ ਨੂੰ, SHO ਸਿਟੀ ਚੰਦਰ ਸ਼ੇਖਰ ਨੂੰ ਮੇਰੀ ਬੇਨਤੀ ਹੈ ਵੀ ਜਿੱਥੇ ਲਾਈਵ ਟੈਲੀਕਾਸਟ ਤੁਹਾਨੂੰ ਦਿਖਾਇਆ ਜਾ ਕੇ ਉੱਥੇ ਆਪਦੀ ਪੁਲਿਸ ਨੂੰ ਅਲਰਟ ਕਰ ਦਿਓ, ਸਾਰੀ ਪੁਲਿਸ ਉੱਥੇ ਜਾ ਕੇ ਵੈਰੀਫਿਕੇਸ਼ਨ ਕਰੇ। ਕੱਲ੍ਹ ਨੂੰ ਕੋਈ ਬੰਦਾ ਇਹੋ ਜਿਹਾ ਉੱਥੇ ਮਿਲ ਗਿਆ, ਇਹਨਾਂ ਦੀ ਬੁੜੀ ਮਿਲ ਗਈ ਜਾਂ ਬੰਦਾ ਮਿਲ ਗਿਆ, ਅਸੀਂ ਲਾਈਵ ਕਰਦੇ ਕਰਦੇ ਉੱਥੇ ਪਹੁੰਚ ਕੇ ਫਿਰ ਜਿਹੜੀ ਇਹ ਕੰਮ ਠੀਕ ਨਹੀਂ ਹੋਊਗਾ। ਸਾਡੇ ਮਲੋਟ ਸ਼ਹਿਰ ਦੇ ਵਿੱਚ ਦੇ ਪਰਿਵਾਰ ਦੇ ਧੰਦੇ ਚੱਲਦੇ ਪਏ ਆ ਅਤੇ ਪੁਲਿਸ ਕਿੱਥੇ ਆ ਸਾਡੀ? ਪੁਲਿਸ ਕਿਉਂ ਨਹੀਂ ਉੱਥੇ ਜਾ ਕੇ ਗੇੜਾ ਮਾਰਦੀ? ਮੇਰੀ ਬੇਨਤੀ SSP ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨੂੰ ਵੀ ਇੱਧਰ ਥੋੜ੍ਹਾ ਧਿਆਨ ਦਿੱਤਾ ਵੇ ਅਤੇ ਸ਼ਰੇਆਮ ਜਿਹੜਾ ਚਿੱਟਾ ਵਿਕਦਾ ਪਿਆ, ਤੁਸੀਂ ਚਿੱਟਾ ਕਿੱਥੋਂ ਲੈਂਦੇ ਹੋ? ਆਮ ਹੀ ਮਿਲ ਜਾਂਦਾ, ਆਮ ਹੀ ਘਰਾਂ 'ਚ ਜਿੱਥੋਂ ਮਰਜ਼ੀ ਲੈ ਲਓ ਚਿੱਟਾ ਤਾਂ ਆਮ ਹੀ ਮਿਲ ਜਾਂਦਾ, ਇਹਨਾਂ ਨੂੰ ਕੋਈ ਦਿੱਕਤ ਨਹੀਂ ਹੈ। ਸਿਰਫ ਔਰ ਸਿਰਫ ਇਹ ਧੰਦਾ ਤਾਂ ਕਰਦੀਆਂ, ਇਹ ਧੰਦੇ ਦੇ ਵਿੱਚ ਪੈਸਾ ਪੈਸਾ ਕਰਕੇ ਅਤੇ ਉਸ ਤੋਂ ਬਾਅਦ ਇਹਨਾਂ ਨੇ ਲਿਆ ਕੇ ਆਪਦਾ ਚਿੱਟਾ ਜਾਂ ਟੀਕਾ ਟੂਕਾ ਲਾਉਣਾ ਹੁੰਦਾ। ਸੋ ਮੇਰੀ ਬੇਨਤੀ SSP ਸ੍ਰੀ ਮੁਕਤਸਰ ਸਾਹਿਬ ਨੂੰ ਮਲੋੜ ਸ਼ਹਿਰ ਦੇ ਵਿੱਚ ਖਾਸ ਧਿਆਨ ਦਿੱਤਾ ਜਾ, ਬਠਿੰਡਾ ਰੋਡ 'ਤੇ ਇਹਨਾਂ ਦੇ ਨਿੱਕੇ ਨਿੱਕੇ ਅੱਡੇ ਬਣੇ ਆ, ਮੈਂ ਉੱਥੋਂ ਇਹ ਬੁੜੀਆਂ ਲਿਆਂਦੀਆਂ ਫੜ ਕੇ ਵੀਡੀਓ ਦੇ ਵਿੱਚ ਸ਼ਬਦ ਸਾਫ ਦਿਖਾਈ ਦੇ ਰਿਹਾ। ਇੱਕ ਕੁੜੀ ਹੈ 16 ਸਾਲਾਂ ਦੀ ਅਤੇ 70 ਸਾਲ ਦਾ 60 ਸਾਲ ਦਾ ਬਜ਼ੁਰਗ ਜਿਹੜਾ ਉਹਦੇ ਨਾਲ ਕੀ ਕਰਦਾ ਪਿਆ ਉਹ ਵੀਡੀਓ ਦੇ ਵਿੱਚ ਸਪਸ਼ਟ ਦਿਖਾਇਆ ਮੈਂ। ਕੋਈ ਲੁਕਾਉ ਨਹੀਂ, ਕੋਈ ਝੂਠ ਨਹੀਂ, ਕੋਈ ਫਰੇਮ ਨਹੀਂ। ਜਦੋਂ ਕੋਈ ਬੰਦਾ ਕਹਿੰਦਾ ਵੀ ਇਹਦਾ ਝੂਠਾ ਗੱਪ ਫਰੋਡ ਬੋਲਤਾ, ਵੀਡੀਓ ਦੇ ਵਿੱਚ ਸਪਸ਼ਟ ਦਿਖਾਇਆ ਕਿੱਦਾਂ ਉਹ ਕੀ ਕਰਦਾ ਪਿਆ। ਅਤੇ ਆਹ ਇੱਥੇ ਭੈਣ ਵੀ ਸੀ ਇਹਦੇ, ਚਲੋ ਜੋ ਵੀ ਹੈ ਅਸੀਂ ਜਾਗਰੂਕ ਬਾਹਲਾ ਵੀ ਨਹੀਂ ਕਰਨਾ ਚਾਹੁੰਦੇ। ਜਿਹੜਾ ਵੀ ਗੱਲਬਾਤ ਹੈਗੀ ਹੈ ਇਹਨਾਂ ਨੂੰ ਹੁਣ ਅਸੀਂ ਸਿਵਲ ਹੋਸਪਿਟਲ ਮੁਕਤਸਰ ਮਲੋਟ ਲੈ ਕੇ ਜਾ ਰਹੇ ਹਾਂ। ਉੱਥੇ ਆਧਾਰ ਕਾਰਡ ਇਹਨਾਂ ਦਾ, ਪਹਿਲਾਂ ਮੈਂ ਨਸ਼ਾ ਛੁਡਾਊ ਕੇਂਦਰ 'ਚ ਲੈ ਗਿਆ ਸੀ, ਉੱਥੇ ਇਹਨਾਂ ਨੂੰ ਨਹੀਂ ਰੱਖਿਆ ਉਹਨਾਂ ਨੇ, ਉਸ ਤੋਂ ਮੁਕਤ ਜਿਹੜਾ ਮਲੋਟ ਹੋਵੇ ਸਿਵਲ ਹੋਸਪਿਟਲ ਲੈ ਕੇ ਜਾ ਰਹੇ ਹਾਂ। ਉੱਥੇ ਇਹਨਾਂ ਦਾ ਆਧਾਰ ਕਾਰਡ ਹੈਗਾ ਸਾਡੇ ਕੋਲ, ਜਿਹੜੀ ਇਹਨਾਂ ਦੀ ਬੰਦੀ ਕਾਰਵਾਈ ਅੱਗੇ ਆਪਾਂ ਕਰਦੇ ਪਏ ਹਾਂ। ਸੋ ਨਸ਼ੇ ਛੱਡਣਗੀਆਂ ਤਾਂ ਫਿਰ ਹੀ ਇਹ ਕੰਮ ਇਹਨਾਂ ਦਾ ਬੰਦ ਹੋਊਗਾ। ਸੋ ਜੇ ਤੁਸੀਂ ਕੋਈ ਅਮੀਰੀ ਗੱਲ ਸੁਣ ਲਓ ਬਈ, ਕਾਂ ਤੋਂ ਜੇ ਤੁਸੀਂ ਉੱਥੇ ਥਾਂ 'ਤੇ ਲੱਭ ਗਈਆਂ ਤਾਂ ਫਿਰ ਤੁਹਾਡਾ ਕੰਮ ਬਹੁਤ ਮਾੜਾ ਹੋਣਾ, ਠੀਕ ਹੈ? ਅੱਜ ਤੋਂ ਬਾਅਦ ਤੁਸੀਂ ਉੱਥੇ ਨਹੀਂ ਜਾਣਾ, ਅਤੇ ਤੈਨੂੰ ਕੰਮ ਦੀ ਲੋੜ ਹੈ ਕੁੜੀਏ, ਤੈਨੂੰ ਕੰਮ ਜ਼ਰੂਰ ਮਿਲੂਗਾ। ਤੈਨੂੰ ਨਸ਼ਾ 500 ਰੁਪਈਆ ਇਹ ਕਹਿੰਦੀ, ਅਤੇ ਤੈਨੂੰ ਕੰਮ ਦੀ ਲੋੜ ਹੈ ਕੁੜੀਏ, ਤੈਨੂੰ ਕੰਮ ਜ਼ਰੂਰ ਮਿਲੂਗਾ। ਤੈਨੂੰ ਨਸ਼ਾ 500 ਰੁਪਈਆ ਇਹ ਕਹਿੰਦੀ, ਮੈਂ ਕੋਈ ਰੁਪਈਆ ਨਹੀਂ ਵੱਟਿਆ ਸਵੇਰ ਦਾ, ਅਤੇ ਮੈਂ ਆਪਦੀ ਜੇਬ 'ਚੋਂ 500 ਰੁਪਏ ਦਿੱਤਾ। ਇੱਧਰ ਦੱਸੋ ਕਿੰਨੇ ਦਿੱਤੇ ਹੈ? 500 ਰੁਪਇਆ ਮੈਂ ਆਪਦੀ ਜੇਬ ਦੇ ਵਿੱਚੋਂ ਦੇ ਕੇ ਬੁੜੀ ਨੂੰ ਉੱਥੋਂ ਲਿਆਂਦਾ, ਅਤੇ ਆਹ ਕੁੜੀ ਨੇ 200 ਰੁਪਇਆ ਵੱਟਿਆ, ਸਿਰਫ 200 ਰੁਪਈਆ। ਹੁਣ ਇਹਦੇ ਕੋਲ ਸ਼ਾਮ ਨੂੰ ਘਰੇ ਲਿਜਾਣ ਵਾਸਤੇ ਸੌਦੇ ਵਾਸਤੇ ਪੈਸੇ ਹੈ ਨਹੀਂ ਗੇ, ਠੀਕ ਹੈ? 500 ਰੁਪਏ ਇਸ ਕੁੜੀ ਨੂੰ ਦੇ ਕੇ ਤੋਰੂੰਗਾ ਅਤੇ 500 ਰੁਪਇਆ ਇਸ ਮਾਤਾ ਨੂੰ ਦੂੰਗਾ। ਹੁਣ ਤੂੰ ਉਹ ਪੈਸਿਆਂ ਦਾ ਨਸ਼ਾ ਕਰੇਂਗੀ ਜਾਂ ਉਹਦੀ ਰੋਟੀ ਦਾ ਪਾਣੀ ਦਾ ਜੁਗਾੜ ਕਰੇਂਗੀ? ਦੋਵੇਂ। ਅਤੇ ਮੇਰੀ ਬੰਦੀ ਬੇਨਤੀ ਹੈ SSP ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨੂੰ, ਇਹਨਾਂ ਦਾ ਉੱਥੇ ਜਾ ਕੇ ਗੇੜਾ ਮਾਰੋ। ਜੇ ਕੋਈ ਪੁਲਿਸ ਜਾਂ ਕੋਈ ਉੱਥੇ ਇੱਦਾਂ ਦੀ ਕੋਈ ਲੇਡੀਜ਼ ਮਿਲਦੀ ਹੈ ਤਾਂ ਉਹਨੂੰ ਫੜ ਕੇ ਲਿਆ ਕੇ ਬੰਦੀ ਕਾਰਵਾਈ ਕਰੋ, ਅਤੇ ਜਿੱਥੋਂ ਇਹ ਨਸ਼ਾ ਲੈਂਦੀ ਹੈ ਉਹਨਾਂ 'ਤੇ ਵੀ ਪਰਚਾ ਦਰਜ ਕਰੋ, ਲਿਆ ਕੇ ਇਹਨਾਂ ਨੂੰ ਡੀ ਦੇ ਵਿੱਚ ਲੈ ਕੇ ਇਹਨਾਂ ਨੂੰ ਜਿਹੜਾ ਬੰਦੀ ਕਾਰਵਾਈ ਕੀਤੀ ਜਾਵੇ। ਕਿਉਂਕਿ ਸਾਡਾ ਉੱਥੇ ਆਉਂਦੀ ਧੀਆਂ ਭੈਣਾਂ ਆਉਂਦੀ ਜਾਂਦੀ, ਉੱਥੇ ਦੇ ਪਰਿਵਾਰ ਦੇ ਧੰਦੇ ਜਿਹੜਾ ਸ਼ਰੇਆਮ ਚੱਲਦੇ ਪਏ। ਲਾਈਵ ਵੀਡੀਓ ਵਿੱਚ ਤੁਹਾਨੂੰ ਦਿਖਾਈ ਦਿੱਤਾ, ਅਤੇ ਬਾਕੀ ਜਿਹੜਾ ਫੜੋ ਤੁਹਾਡਾ ਆਧਾਰ ਕਾਰਡ, ਅਤੇ ਜਿਹੜੇ
ਪੈਸੇ ਜਿਹੜੇ ਜਿਹੜਾ ਇਹਨਾਂ ਨਾਲ ਮੇਰਾ ਵਾਅਦਾ ਹੋਇਆ ਸੀਗਾ ਉਹ 500 ਰੁਪਏ ਦਾ ਚੱਕ ਬਈ 500 ਰੁਪਇਆ 200 ਰੁਪਏ ਦੇ ਕੋਲ ਪਹਿਲਾਂ ਕੁੜੀ ਕੋਲ ਠੀਕ ਹੈ ਜੀ 500 ਰੁਪਏ ਇਸ ਮਾਤਾ ਨਾਲ ਮੇਰਾ ਵਾਅਦਾ ਹੋਇਆ ਸੀ 500 ਰੁਪਏ ਨੂੰ ਪਹਿਲਾਂ ਦਿੱਤਾ ਸੀ ਆਹ ਚੱਕ ਬਈ ਮਾਤਾ 500 ਰੁਪਇਆ ਸਵੇਰੇ ਇਹਨਾਂ ਨੂੰ ਸਿਵਲ ਹਸਪੀਟਲ ਵਿੱਚ ਦਾਖਲ ਕਰਾਇਆ ਜਾਊਗਾ ਇਹਨਾਂ ਨੂੰ ਨਸ਼ਾ ਛੜਾਇਆ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਜਲਦ ਤੋਂ ਜਲਦ ਸ਼ੇਅਰ ਕਰ ਦਿਓ ਚਲੋ ਬਈ